ਸੱਪਾਂ ਦਾ ਕੰਮ ਡੰਗਣਾ ਹੁੰਦਾ, ਹੁਣ ਸਾਡੇ ਕੋਲ ਡੰਗਾਂ ਦੇ ਮਣਕੇ, ਜਿਹੜੇ ਸਾਨੂੰ ਕਰਦੇ ਟਿਚਰਾ, ਅਸੀਂ ਟੱਕਰਾਂਗੇ ਕੁਝ ਬਣ ਕੇ। ਹੁਣ ਇੱਥੇ ਬੈਠ ਕਿਸੇ ਨੀ ਰਹਿਣਾ, ਤੇ ਮੇਲਾ ਵੇਖ ਕੇ ਮੁੜਦਾ ਮੇਲੀ, ਉਹ ਦੁਨੀਆ ਪੈਸਾ ਪੈਸਾ ਕਰਦੀ, ਇੱਥੇ ਕੋਈ ਨੀ ਕਿਸੇ ਦਾ ਬੇਲੀ, ਉਹ ਦੁਨੀਆ ਪੈਸਾ ਪੈਸਾ ਕਰਦੀ, ਇੱਥੇ ਕੋਈ ਨੀ ਕਿਸੇ ਦਾ ਬੇਲੀ। ਸਾਨੂੰ ਪੌੜੀਆਂ ਬਣਾ ਕੇ ਕਈ ਅੰਬਰਾਂ ਤੇ ਚੜੇ, ਔਖੇ ਟਾਈਮ ਨਾਲ ਕੋਈ ਬਿਰਲਾ ਹੀ ਖੜੇ, ਉਹ ਦਿਨ ਚੱਲਦੇ ਭਾਵੇਂ ਮਾੜੇ, ਉਹ ਦਿਨ ਚੱਲਦੇ ਭਾਵੇਂ ਮਾੜੇ, ਉਹਦੀ ਅਜਾ ਚ ਲੰਘਦੇ ਜਿਨ੍ਹਾਂ ਨੂੰ ਦੁੱਧ ਪੜਾਉਂਦੇ ਰਹੇ ਸੱਪ ਬਣ ਕੇ ਡੰਗ ਗਏ ਆ, ਜਿਨ੍ਹਾਂ ਨੂੰ ਦੁੱਧ ਪੜਾਉਂਦੇ ਰਹੇ ਸੱਪ ਬਣ ਕੇ ਡੰਗ ਗਏ ਆ। ਜਲ ਸੋਣਾ ਹੁਣ ਮੁੜ ਜਾ ਵੀਰਾ, ਤੇਰੀ ਉਮਰ ਚਾਹ ਹਰ ਯੁੱਗ ਹੋਵੇ, ਸਾਡਾ ਸਾਬਣ ਬਖਰਾ ਤੇ ਜਿਹੜਾ ਅਥਰੂ ਬਹਿਣ ਬਣ ਜਾਵੇ। ਦੋਸਤੋ ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੈਂ ਮਨਜਿੰਦਰ ਸਿੰਘ ਸਰੋਦ। ਗੱਲ ਕਰੀਏ ਪੰਜਾਬੀ ਗਾਇਕੀ ਦੀ। ਜੇਕਰ ਆਪਣੇ ਚੇਤਿਆਂ ਨੂੰ ਲਗਭਗ 90ਵੇਂ ਦਹਾਕੇ ਦੇ ਵਿੱਚ ਲੈ ਕੇ ਜਾਈਏ ਤਾਂ ਪੰਜਾਬ ਦੀ ਰੰਗਲੀ ਫਿਜ਼ਾ ਦੇ ਅੰਦਰ, ਪੰਜਾਬੀ ਸੰਗੀਤ ਦੇ ਵਿਹੜੇ ਅੰਦਰ ਇੱਕ ਆਵਾਜ਼ ਗੂੰਜਦੀ ਹੁੰਦੀ ਸੀ ਨਛੱਤਰ ਸੱਤਾ ਹੋਰਾਂ ਦੀ। ਉਹਨਾਂ ਦੀ ਧੀ ਬੇਟੀ ਹਰਮਨ ਸੱਤਾ ਸਾਡੇ ਨਾਲ ਮੌਜੂਦ ਨੇ। ਇੱਕ ਉਹ ਸਮਾਂ ਸੀ ਜਦੋਂ ਉਹਨਾਂ ਦੀ ਜਿਹੜੀ ਗੀਤ ਸੀ, ਉਹਨਾਂ ਦੀ ਸੰਗੀਤ ਦੀ ਦਿੱਖ ਸੀ, ਉਹਨੂੰ ਪੰਜਾਬ ਦੇ ਹਰ ਵਿਹੜੇ ਦੇ ਵਿੱਚ, ਮੇਰਾ ਖਿਆਲ ਹੈ ਜੇ ਮੈਂ ਗਲਤ ਨਾ ਹੋਵਾਂ ਤਾਂ, ਸੁਣਿਆ ਜਾਂਦਾ ਸੀ। ਤੇ ਅੱਜ ਕੱਲ੍ਹ ਉਹਨਾਂ ਦੀ ਧੀ ਵੱਲੋਂ ਉਹਨਾਂ ਦੀ ਜਿਹੜੀ ਦਿੱਖ ਨੂੰ, ਉਹਨਾਂ ਦੀ ਜਿਹੜੀ ਲੀਹ ਹੈ ਉਹਨੂੰ ਕਾਇਮ ਰੱਖਣ ਦਾ ਯਤਨ ਕੀਤਾ ਜਾ ਰਿਹਾ ਹੈ। ਅਸੀਂ ਗੱਲਬਾਤ ਕਰਦੇ ਹਾਂ। ਪੰਜ ਸਤਿਕਾਲ ਜੀ, ਮੇਰੇ ਵੱਲੋਂ ਸਾਰਿਆਂ ਨੂੰ ਠੀਕ ਠਾਕ ਹੋ? ਹਾਂਜੀ ਜੀ। ਕੀ ਬਣਦਾ ਬਸ ਹੁਣ ਤਾਂ ਗੀਤ ਤੇ ਗੀਤ ਸੱਤਾ ਸਾਹਿਬ ਤੋਂ ਬਾਅਦ ਮੈਨੂੰ ਲੱਗਦਾ ਵੀ ਜੇ ਮੈਂ ਆਖਾਂ ਪੰਜਾਬੀ ਸੰਗੀਤ ਦੇ ਵਿਹੜੇ ਅੰਦਰ ਤਾਂ ਇੱਕ ਨਵਾਂ ਸੱਤਾ ਲੋਕਾਂ ਨੂੰ ਦੇਖਣ ਨੂੰ ਮਿਲ ਰਿਹਾ। ਹਾਂਜੀ ਹਾਂਜੀ, ਕੋਸ਼ਿਸ਼ ਕਰ ਰਹੇ ਹਾਂ ਜੀ ਆਪਣੇ ਫਾਦਰ ਸਾਹਿਬ ਨੂੰ ਦੁਨੀਆਂ ਦੇ ਵਿੱਚ ਫਿਰ ਤੋਂ ਦੁਬਾਰਾ ਹਿੱਟ ਕਰੀਏ ਜੀ। ਅੱਛਾ, ਮੈਨੂੰ ਹਰਮਨ, ਚਲੋ ਆਪਾਂ ਹੋਰ ਗੱਲਾਂ ਬਾਤਾਂ ਕਰਦੇ ਰਹਾਂਗੇ ਵੀ ਇੰਨਾ ਟਾਈਮ ਕਿਉਂ ਲਾਤਾ ਸੱਤਾ ਸਾਹਿਬ, ਕਿਉਂਕਿ ਉਹ 90ਵੇਂ ਦਹਾਕੇ ਦੇ ਵਿੱਚ, ਸ਼ਾਇਦ 92 ਦੇ ਵਿੱਚ ਉਹਨਾਂ ਦੀ ਮੌਤ ਹੁੰਦੀ ਹੈ, ਵੀ ਤੁਸੀਂ ਆ ਕੇ ਹੁਣ ਗਾਉਣਾ ਸ਼ੁਰੂ ਕੀਤਾ, ਕਾਰਨ ਕੀ ਬਣੇ? ਕਾਰਨ ਦੇਖੋ ਜੀ, ਬਚਪਨ ਤੋਂ ਹੀ ਸ਼ੌਂਕ ਸੀ ਮੈਨੂੰ ਗਾਉਣ ਦਾ, ਔਰ ਪਾਪਾ ਦੀ ਡੈਥ ਤੋਂ ਬਾਅਦ ਵੀ ਹੈ ਨਹੀਂ ਸੀ ਪਰਿਵਾਰ ਦੇ ਵਿੱਚ ਕੋਈ ਗਾਇਡ ਕਰਨ ਵਾਲਾ, ਵੀ ਜਿਹੜਾ ਸਾਨੂੰ ਮਾਰਕੀਟ ਦੇ ਵਿੱਚ ਸਾਨੂੰ ਕੋਈ ਮੁੱਢਲੀ ਸਿੱਖਿਆ ਦੇਵੇ ਗਾਇਕੀ ਲੈਣ ਦੀ ਜਾਂ ਪੜ੍ਹਾਈ ਦੀ, ਏਦਾਂ ਦਾ ਕੋਈ ਨਹੀਂ ਸੀ। ਵੀ ਉਸ ਤੋਂ ਬਾਅਦ ਗੈਪ ਪਾਇਆ ਕਾਫੀ ਟਾਈਮ, ਸ਼ੌਂਕ ਮੈਂ ਆਪਣਾ ਇਸੇ ਤਰ੍ਹਾਂ ਹੀ ਜਾਰੀ ਰੱਖਿਆ, ਵੀ ਮੈਨੂੰ ਸ਼ੌਂਕ ਸੀ, ਮੈਂ ਆਪਣਾ ਸ਼ੌਂਕ ਹਮੇਸ਼ਾ ਹੀ ਪਾਲੀ ਰੱਖਿਆ। ਚਲੋ ਉਸ ਤੋਂ ਬਾਅਦ ਗੈਪ ਪਾਈ ਰੱਖਿਆ ਕਾਫੀ ਟਾਈਮ, ਫਿਰ ਉਸ ਤੋਂ ਬਾਅਦ ਮੈਨੂੰ ਮਿਲੇ ਵੀਰ ਜੀ ਹੁਣੀ, ਫਿਰ ਇਹਨਾਂ ਨੇ ਕਿਹਾ ਵੀ ਤੂੰ ਚੱਲ ਗਾਇਕੀ ਲੈਣੀ। ਇਹਨਾਂ ਨੇ ਮੇਰੀਆਂ ਵੀਡੀਓ ਦੇਖੀਆਂ, ਮੈਂ ਵੀਡੀਓ ਏਦਾਂ ਹੀ ਗਾ ਗਾ ਕੇ ਪਾਉਂਦੀ ਹੁੰਦੀ ਸੀ ਜਦੋਂ ਕੋਈ ਇੰਟਰਵਿਊ ਕਰਨ ਆਉਂਦਾ ਸੀ ਮੇਰਾ ਵੀਰ, ਉਹ ਵੀਡੀਓ ਇਹਨਾਂ ਤੱਕ ਪਹੁੰਚੀ ਤੇ ਇਹਨਾਂ ਨੇ ਮੇਰੀ ਮਦਦ ਕਰੀ। ਅੱਛਾ, ਉਸ ਤੋਂ ਬਾਅਦ ਤੁਹਾਡਾ ਸਫ਼ਰ ਹੈ ਜਿਹੜਾ ਉਹ ਸ਼ੁਰੂ ਹੋਇਆ। ਹਾਂਜੀ, ਹੁਣ ਤੱਕ ਕਿੰਨੇ ਗੀਤ ਮਾਰਕੀਟ ਦੇ ਵਿੱਚ ਆ ਗਏ? ਤਕਰੀਬਨ ਆਪਣੇ ਜੀ ਮਾਰਕੀਟ ਦੇ ਵਿੱਚ 10 ਗੀਤ ਆ ਚੁੱਕੇ, ਔਰ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਗੀਤਾਂ ਨੂੰ, ਸੱਪ ਬਣ ਕੇ ਔਰ ਮਾਂ ਸੌਂਗ, ਰੁੱਤ ਪਿਆਰ ਦੀ 2, ਇਹ ਗੀਤਾਂ ਨੂੰ ਬਹੁਤ ਜ਼ਿਆਦਾ, ਔਰ ਮਾਰਕੀਟ ਦੇ ਵਿੱਚ ਚੱਲ ਰਿਹਾ ਸੌਂਗ ਮੇਰਾ ਪੈਸਾ ਪੈਸਾ, ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੀ। ਔਰ ਜਿਵੇਂ ਕਿ ਮੇਰੇ ਫਾਦਰ ਸਾਹਿਬ ਨੂੰ ਪਿਆਰ ਦਿੱਤਾ, ਉਸੇ ਤਰ੍ਹਾਂ ਮੈਨੂੰ ਵੀ ਪਿਆਰ ਦੇ ਰਹੇ। ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸਾਰਿਆਂ ਦਾ ਕਿ ਮੇਰੇ ਗੀਤਾਂ ਨੂੰ ਪਿਆਰ ਕਰ ਰਹੇ ਔਰ ਮੈਨੂੰ ਵੀ ਪਿਆਰ ਕਰ ਰਹੇ, ਇਸੇ ਤਰ੍ਹਾਂ ਹੀ ਮੈਨੂੰ ਪਿਆਰ ਕਰਦੇ ਰਹਿਣ।
ਔਰ ਮੈਂ ਆਪਣੇ ਫਾਦਰ ਸਾਹਿਬ ਦੀਆਂ ਉਮੀਦਾਂ ਤੇ ਖਰੀ ਉਤਰਨ ਦੀ ਕੋਸ਼ਿਸ਼ ਕਰੂੰਗੀ। ਹਰਮਨ ਬਾਪੂ ਦੇ ਨਾਂ ਦਾ ਕੋਈ ਫਾਇਦਾ ਮਿਲਿਆ? ਹਾਂਜੀ, ਉਹਨਾਂ ਦੇ ਬੱਚੇ ਆ, ਉਹਨਾਂ ਦੇ ਨਾਮ ਨਾਲ ਹੀ ਅਸੀਂ ਅੱਗੇ ਜਾ ਰਹੇ ਹਾਂ। ਠੀਕ ਹੈ। ਉਹਨਾਂ ਦੀ ਮੌਤ ਤੋਂ ਬਾਅਦ ਤੁਹਾਡਾ ਵਿਆਹ ਹੋਇਆ, ਚਲੋ ਪਰਿਵਾਰਕ ਜ਼ਿੰਦਗੀ ਚੱਲੀ, ਇੱਕ ਮਨ ਦੇ ਵਿੱਚ ਇੱਸਾ ਤਾਂ ਸ਼ੁਰੂ ਦੇ ਵਿੱਚੋਂ ਹੋਏਗੀ ਵੀ ਮੇਰਾ ਬਾਪੂ ਇੱਕ ਚੰਗਾ ਕਲਾਕਾਰ ਸੀ, ਗਾਈਏ ਸੀ। ਹਾਂਜੀ, ਕਿਉਂਕਿ ਹਰ ਬੱਚਾ ਚਾਹੁੰਦਾ ਵੀ ਮੈਂ ਆਪਦੇ ਬਾਪੂ ਦੇ ਜਿਹੜੇ ਨਕਸ਼ੇ ਕਦਮਾਂ ਤੇ ਚੱਲਾਂ। ਦੇਖੋ ਜੀ, ਵੀ ਕੋਸ਼ਿਸ਼ ਤਾਂ ਸੀਗੀ ਬਚਪਨ ਤੋਂ ਹੀ ਵੀ ਕੁਛ ਏਦਾਂ ਕਰੀਏ ਵੀ ਸਾਨੂੰ ਕੋਈ ਗਾਈਡ ਕਰ ਲਵੇ, ਅਸੀਂ ਆਪਣੇ ਫਾਦਰ ਸਾਹਿਬ ਨੂੰ ਗਾਈਏ, ਲੋਕ ਗਾਉਂਦੇ ਅਸੀਂ ਵੀ ਗਾ ਗਾ ਕੇ ਮਾਰਕੀਟ ਦੇ ਵਿੱਚ ਆਈਏ, ਕਿਉਂਕਿ ਕੋਈ ਗਾਈਡ ਨਹੀਂ ਕੀਤਾ, ਹੈ ਨਹੀਂ ਸੀ ਕੋਈ। ਉਸ ਤੋਂ ਬਾਅਦ ਪਨੀਤ ਹੋਣੀ ਮਿਲੇ, ਦੀਪ ਹੋਣੀ ਤਾਂ ਜਾ ਕੇ ਗੱਡੀ। ਹਾਂਜੀ, ਵੀ ਦੇਖੋ ਇਹਨਾਂ ਨੇ ਮੇਰੀਆਂ ਵੀਡੀਓ ਦੇਖੀਆਂ, ਵੀਰ ਜੀ ਹੋਣਾ ਨੇ, ਪਨੀਤ ਪੁੰਨਾ ਵਾਲੀ ਆ, ਹੈਪੀ ਪੁੰਨਾ ਵਾਲੀ ਆ, ਔਰ ਦੀਪ ਵੇਨੇਡਾ 'ਚ ਕੈਨੇਡਾ, ਔਰ ਮੇਰਾ ਵੀਰ, ਉਹਦਾ ਬਹੁਤ ਬਹੁਤ ਧੰਨਵਾਦ। ਆਪਾਂ ਸ਼ੁਰੂ ਕਰੀਏ ਇੱਕ ਬਾਪੂ ਦੇ ਗੀਤ ਤੋਂ, ਸ਼ੇਰ ਜਾਂ ਗੀਤ ਦਾ ਅੰਤਰ। ਜਿਨ੍ਹਾਂ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਜੀ, ਔਰ ਮਾਰਕੀਟ ਵਿੱਚ ਚੱਲ ਰਹੇ ਸਾਡੇ ਫਾਦਰ ਸਾਹਿਬ ਦੇ ਅੱਜ ਵੀ ਸੌਂਗ, ਜਿਨ੍ਹਾਂ ਨੂੰ ਤੁਸੀਂ ਬਹੁਤ ਪਿਆਰ ਕਰ ਰਹੇ ਹੋ, ਰੁੱਤ ਪਿਆਰ ਦੀ। ਜਲ ਸੋਹਣਾ ਹੁਣ ਮੁੜ ਜਾ ਵੀਰਾ, ਤੇਰੀ ਉਮਰ ਚਾਹ ਹਰ ਯੁੱਗ ਹੋਵੇ, ਸਾਡਾ ਸਾਬਨ ਬਖਰਾ ਤੇ ਜਿਹੜਾ ਅਥਰੂ ਬਹਿਣ ਬਣ ਚੋਵੇ, ਤੇਰੀਆਂ ਪਹੁਣਾ ਜ਼ਖਮ ਉਚੜੇ ਤੇ ਅਸੀਂ ਰੱਖਦੇ ਮਸਾਂ ਹਾਲ ਕੋਵੇ, ਹੋਗੀ ਅਲ ਬਲੇ ਫੈਦਾ ਤੇਰਾ, ਤੇ ਜਦੋਂ ਯਾਰ ਕੋਲ ਨਾ ਹੋਵੇ, ਤੇ ਜਦੋਂ ਯਾਰ ਕੋਲ ਨਾ ਹੋਵੇ, ਇੱਕ ਸੌਣ ਦਾ ਮਹੀਨਾ ਰੁੱਤ ਪਿਆਰ ਦੀ, ਸੋਹਣਿਆ ਸੱਜਣਾ ਇੱਕ ਸੌਣ ਦਾ ਮਹੀਨਾ ਰੁੱਤ ਪਿਆਰ ਦੀ, ਜਦ ਮੱਲੋ ਮੱਲੀ ਆ ਗਈ ਸੋਹਣੇ ਯਾਰ ਦੀ, ਵੇ ਕੁੜੀਆਂ ਚ ਗੱਲ ਛਿੜ ਗਈ ਵੇ, ਉਹ ਜਦੋਂ ਪੀਂਘਦੇ ਹਲਾਰੇ ਨਾਲ ਸੋਹਣਿਆ ਸੱਜਣਾ, ਹਾਣੀਆਂ ਵੇ ਪੱਤਿਆਂ ਨਾ, ਵੇ ਪੱਤਿਆਂ ਨਾ, ਵੇ ਪੱਤਿਆਂ ਨਾ ਇੱਕ ਪਿੜ ਗਈ ਵੇ, ਇੱਕ ਸੌਣ ਦਾ ਮਹੀਨਾ ਰੁੱਤ ਪਿਆਰ ਦੀ। ਦਰਸ਼ਕ ਵੀਰੋ, ਹਰਮਨ ਨੇ 1992 ਦੀ ਜਿਹੜੀ ਯਾਦ ਹੈ, 85 ਦੀ, 80 ਦੀ, ਉਹ ਯਾਦ ਤਾਜ਼ਾ ਕਰਵਾ ਦਿੱਤੀ ਹੈ। ਅਸੀਂ ਤਾਂ ਐਵੇਂ ਹੀ, ਮੈਨੂੰ ਲੱਗਦਾ ਅਕਸਰ ਮੈਂ ਕਹਿੰਦਾ ਹੁੰਦਾ, ਕਿਉਂਕਿ ਮੇਰਾ ਲੰਬਾ ਸਮਾਂ ਕਲਾਕਾਰੀ ਦੇ ਖੇਤਰ ਦੇ ਅੰਦਰ ਵਿਚਰਦਿਆਂ ਲੰਘਿਆ, ਅਸੀਂ ਅਕਸਰ ਉਹਨਾਂ ਫੁਕਰਾਪੰਥੀ ਕਲਾਕਾਰਾਂ ਨੂੰ ਤਰਜੀਹ ਦਿੰਦੇ ਹਾਂ। ਅਜਿਹੇ ਕਲਾਕਾਰ ਨੇ ਜਿਹੜੇ ਹੀਰੇ ਨੇ ਸਾਡੀ ਸੱਭਿਆਚਾਰ ਦੀ, ਮਾਲਾ ਦੇ ਮੋਤੀ ਨੇ, ਸਾਡਾ ਫਰਜ਼ ਬਣਦਾ ਕਿ ਇਹਨਾਂ ਨੂੰ ਵੀ ਮਾਣ ਦੇਈਏ। ਹਰਮਨ, ਭਾਵੇਂ ਕਿ ਪਿਛਲਾ ਲੰਬਾ ਸਮਾਂ ਗੁਰਬਤ ਭਰੀ ਜ਼ਿੰਦਗੀ ਹੰਢਾਈ ਹੈ, ਚਲੋ ਇਹ ਮਾਲਕ ਦੀ ਮਰਜ਼ੀ ਹੁੰਦੀ ਆ, ਹੁਣ ਤੁਹਾਡੀ ਗੱਡੀ ਲੀਹ ਤੇ ਚੜ੍ਹਨ ਲੱਗੀ ਹੈ, ਮੈਂ ਤਾਂ ਇਹੀ ਆਖੂੰਗਾ ਵੀ ਵਧੀਆ ਸਫ਼ਰ ਹੈ ਜਿਹੜਾ ਤੁਹਾਡਾ, ਅਗਲਾ ਸਫ਼ਰ ਸੁਹਾਵਣਾ ਹੋਵੇ, ਤੇ ਕੋਈ ਤੁਹਾਡਾ ਆਪਣਾ ਗੀਤ ਜਿਹੜਾ ਹੁਣ ਤੁਸੀਂ ਮਾਰਕੀਟ ਦੇ ਵਿੱਚ, ਤੁਹਾਡਾ ਆਇਆ ਮਾਰਕੀਟ ਦੇ ਵਿੱਚ ਮੇਰਾ ਪੈਸਾ ਪੈਸਾ ਸੌਂਗ ਜੀ, ਔਰ ਮਾਰਕੀਟ ਦੇ ਵਿੱਚ ਮੇਰੇ ਕਾਫੀ ਸਾਰੇ ਸੌਂਗ ਆਏ ਹੋਏ ਨੇ, ਦੀਪ ਵੇਨੇਡਾ ਜੀ ਕੈਨੇਡਾ, ਜਿਨ੍ਹਾਂ ਨੇ ਮੈਨੂੰ ਮਾਰਕੀਟ ਦੇ ਵਿੱਚ ਫਿਰ ਤੋਂ ਦੁਬਾਰਾ ਲੈ ਕੇ ਆਂਦਾ। ਇਹ ਗੀਤ ਲਿਖਿਆ ਕਿਹਦਾ ਹੋਇਆ ਜਿਹੜਾ ਪੈਸਾ ਪੈਸਾ? ਇਹ ਦੀਪ ਵੇਨੇਡਾ ਜੀ ਕੈਨੇਡਾ ਤੋਂ ਮੇਰੇ ਵੀਰ ਨੇ ਲਿਖਿਆ ਹੋਇਆ, ਬਹੁਤ ਸੋਹਣਾ ਲਿਖਿਆ, ਔਰ ਬਹੁਤ ਸੋਹਣਾ ਹੀ ਮੈਂ ਕੋਸ਼ਿਸ਼ ਕੀਤੀ, ਮੈਂ ਆਪਣੇ ਵੀਰ ਦੀ ਗਾਇਕੀ ਨੂੰ ਹੋਰ ਅੱਗੇ ਵੀ ਜਿਵੇਂ ਕਿ ਉਹ ਲਿਖਦੇ ਵਧੀਆ ਨੇ ਵੀ ਮੈਂ ਗਾਉਣ ਦੀ ਕੋਸ਼ਿਸ਼ ਕਰਾਂ ਵਧੀਆ, ਔਰ ਗੀਤ ਦੇ ਬੋਲ ਹਨ ਪੈਸਾ ਪੈਸਾ, ਔਰ ਬਹੁਤ ਜ਼ਿਆਦਾ ਰਿਸਪੋਂਸ ਮਿਲਿਆ ਸਰੋਤਿਆਂ ਵੱਲੋਂ, ਧੰਨਵਾਦ ਕਰਦੀ ਹਾਂ ਜੀ, ਇਸੇ ਤਰ੍ਹਾਂ ਹੀ ਪਿਆਰ ਦਿੰਦੇ ਰਹੋ, ਔਰ ਤੁਹਾਡੀਆਂ ਉਮੀਦਾਂ ਦੇ ਖਰੀ ਉਤਰਨ ਦੀ ਕੋਸ਼ਿਸ਼ ਕਰਾਂਗੀ। ਆਉਣ ਦਿਓ। ਕੋਈ ਨੀ, ਚੱਕ ਦਿਓ ਫਟੇ। ਸੱਪਾਂ ਦਾ ਕੰਮ ਡੰਗਣਾ ਹੁੰਦਾ, ਹੁਣ ਸਾਡੇ ਕੋਲ ਡੰਗਾਂ ਦੇ ਮਣਕੇ,
ਜਿਹੜੇ ਸਾਨੂੰ ਕਰਦੇ ਟਿਚਰਾਂ, ਅਸੀਂ ਟਕਰਾਂਗੇ ਕੁਝ ਬਣ ਕੇ। ਹੁਣ ਇੱਥੇ ਬੈਠ ਕਿਸੇ ਨੀ ਰਹਿਣਾ ਤੇ ਮੇਲਾ ਵੇਖ ਕੇ ਮੁੜਦੇ ਮੇਲੀ। ਉਹ ਦੁਨੀਆ ਪੈਸਾ ਪੈਸਾ ਕਰਦੀ, ਇੱਥੇ ਕੋਈ ਨੀ ਕਿਸੇ ਦਾ ਵੇਲੀ। ਉਹ ਦੁਨੀਆ ਪੈਸਾ ਪੈਸਾ ਕਰਦੀ, ਇੱਥੇ ਕੋਈ ਨੀ ਕਿਸੇ ਦਾ ਵੇਲੀ। ਉਹ ਜਿੰਨਾ ਮਰਜ਼ੀ ਕਰ ਲੋ ਕਿਸੇ ਦਾ, ਇੱਕ ਦਿਨ ਰੰਗ ਦਿਖਾਉਂਦਾ। ਬਲ ਪੂਰਾ ਜੇ ਖੂਨ ਚ ਹੋਵੇ, ਉਹ ਕਿੱਥੋਂ ਕਦਰਾਂ ਪਾਉਂਦਾ। ਉਹ ਜਿੰਨਾ ਮਰਜ਼ੀ ਕਰ ਲੋ ਕਿਸੇ ਦਾ, ਇੱਕ ਦਿਨ ਰੰਗ ਦਿਖਾਉਂਦਾ। ਬਲ ਪੂਰਾ ਜੇ ਖੂਨ ਚ ਹੋਵੇ, ਉਹ ਕਿੱਥੋਂ ਕਦਰਾਂ ਪਾਉਂਦਾ। ਰਹਿ ਦੀਪ ਵੇਲੜੇ ਵਾਲਾ ਬਚ ਕੇ, ਰਹਿ ਦੀਪ ਵੇਲੜੇ ਵਾਲਾ ਬਚ ਕੇ। ਹੁਣ ਗੱਲ ਰਹੀ ਨਾ ਪਹਿਲੀ, ਉਹ ਦੁਨੀਆ ਇਹ ਦੁਨੀਆ ਇਹ ਦੁਨੀਆ ਪੈਸਾ ਪੈਸਾ ਕਰਦੀ, ਇੱਥੇ ਕੋਈ ਨੀ ਕਿਸੇ ਦਾ ਵੇਲੀ। ਉਹ ਦੁਨੀਆ ਪੈਸਾ ਪੈਸਾ ਕਰਦੀ, ਇੱਥੇ ਕੋਈ ਨੀ ਕਿਸੇ ਦਾ ਵੇਲੀ। ਇੱਕ ਇੰਜ ਪ੍ਰਤੀਤ ਹੁੰਦਾ ਹਰਮਨ ਦੀ ਆਵਾਜ਼ ਤੋਂ, ਜਿਵੇਂ ਕੋਈ ਪਰਪੱਕ ਕਲਾਕਾਰ ਸੱਭਿਆਚਾਰ ਦੇ ਅਖਾੜੇ ਦੇ ਵਿੱਚ ਗਾਉਂਦਾ ਹੋਵੇ। ਬਿਲਕੁਲ ਬਹੁਤ ਵਧੀਆ ਕੁੜੀ ਦੀ ਆਵਾਜ਼ ਹੈ। ਧੀ ਰਾਣੀ ਇਸੇ ਤਰ੍ਹਾਂ ਅੱਗੇ ਵੱਧਦੀ ਰਹੇ। ਹਰਮਨ, ਜਦੋਂ ਬਾਪੂ ਦੀ ਮੌਤ ਹੋਈ ਹੈ, ਤੁਸੀਂ ਬਹੁਤ ਛੋਟੇ ਸੀ ਨਾ? ਹਾਂਜੀ। ਤੇ ਕੀ ਉਹ ਕਿੱਦਾਂ, ਮਤਲਬ ਉਹਨਾਂ ਦਾ ਜਿਹੜਾ ਜੀਵਨ ਸੀ ਉਹ ਤੁਸੀਂ ਉਹਨਾਂ ਦੇ ਨਾਲ ਗੁਜ਼ਾਰਿਆ ਕੁਛ ਪਲ? ਹਾਂਜੀ, ਦੇਖੋ ਵੀ ਮੈਂ ਕਾਫੀ ਛੋਟੀ ਸੀ, ਪਾਪਾ ਜਦੋਂ ਅਸਪੇਅਰ ਹੋਏ ਨੇ, ਤੇ ਮੈਂ ਮਤਲਬ ਵੀ ਪਾਪਾ ਨਾਲ ਸਮਾਂ ਐਵੇਂ ਗੁਜ਼ਾਰਿਆ ਕਿ ਬੱਚੇ ਨੂੰ, ਮਾਂ ਬਾਪ ਨੂੰ ਹਰੇਕ ਬੱਚਾ ਪਿਆਰਾ ਹੁੰਦਾ ਆਪਦਾ, ਕਿਉਂਕਿ ਪਾਪਾ ਮੈਨੂੰ ਜ਼ਿਆਦਾ ਪਿਆਰ ਕਰਦੇ ਸੀ। ਔਰ ਜਦੋਂ ਉਹਨਾਂ ਨੇ ਗਾਉਣਾ, ਮੈਂ ਉਹਨਾਂ ਦੇ ਕੋਲ ਬੈਠਣਾ, ਉਹਨਾਂ ਨੇ ਤਿਆਰੀ ਕਰਨੀ, ਮੈਂ ਦੇਖੀ ਜਾਣਾ ਵੀ ਕਿਵੇਂ ਗਾਉਂਦੇ ਨੇ। ਮੇਰਾ ਮਤਲਬ ਵੀ ਧਿਆਨ ਹੀ ਉਹਨਾਂ ਵੱਲ ਹੁੰਦਾ ਸੀਗਾ। ਬਹੁਤ ਵਧੀਆ ਸਮਾਂ ਅਸੀਂ ਲੰਘਾਇਆ ਉਸ ਟਾਈਮ, ਕਿਉਂਕਿ ਜਦੋਂ ਕੋਈ ਗਾਇਕ, ਹਰੇਕ ਗਾਇਕ ਜਦੋਂ ਕੋਈ ਗਾ ਕੇ ਘਰੇ ਆਉਂਦਾ ਆਪਦੇ ਬੱਚਿਆਂ ਚ ਬੈਠਦਾ, ਉਦੋਂ ਸਮਾਂ ਹੀ ਕੁਛ ਮਤਲਬ ਵੀ ਰੰਗ ਹੀ ਕੁਛ ਏਦਾਂ ਹੁੰਦਾ। ਬਾਪੂ ਨੇ ਮਾਇਆ ਮੂਇਆ ਕੋ ਇਕੱਠੀ ਕੀਤੀ ਕਿ ਨਹੀਂ? ਨਹੀਂ ਜੀ, ਦੇਖੋ ਸਾਡੇ ਫਾਦਰ ਸਾਹਿਬ ਨੇ ਕਦੇ ਗਾਇਕੀ ਦਾ ਮਾਣ ਨਹੀਂ ਕੀਤਾ। ਇਸ ਚੀਜ਼ ਨੂੰ ਸਾਰੇ ਭਲੀ ਪਾਤੀ ਜਾਣਦੇ, ਕਿਉਂਕਿ ਸਾਡੇ ਫਾਦਰ ਸਾਹਿਬ ਉਹਨਾਂ ਨੇ ਹਮੇਸ਼ਾ ਇਸ ਚੀਜ਼ ਨੂੰ ਸੋਚ ਕੇ ਚੱਲਿਆ ਕਿ ਜਿਵੇਂ ਉਹ ਇੰਨੇ ਵਧੀਆ ਸਿੰਗਰ ਸੀ, ਮਾਰਕੀਟ ਤਕਰੀਬਨ ਉਹਨਾਂ ਦੀ 12 ਕੈਸਟ ਆਈਆਂ, ਔਰ ਉਹਨਾਂ ਨੇ ਹਮੇਸ਼ਾ ਲੰਮਾ ਸਮਾਂ ਸਾਈਕਲ ਤੇ ਗੁਜ਼ਾਰਿਆ ਜੀ। ਉਹ ਜਦੋਂ ਵੀ ਕਿਤੇ ਜਾਂਦੇ ਸੀ ਤਿਆਰੀ ਕਰਨ, ਉਹਨਾਂ ਨੇ ਸਾਈਕਲ ਤੇ ਰਹਿਣਾ। ਔਰ ਉਹਨਾਂ ਨੂੰ ਪਿੰਡ ਦੇ ਲੋਕ ਕਹਿੰਦੇ ਸੀ ਵੀ ਜਦੋਂ ਵੀ ਤੇਰੀ ਇੰਨੀ ਵਧੀਆ ਗਾਇਕੀ ਆ, ਇੰਨਾ ਨਾਮ ਕਮਾਇਆ ਤੂੰ ਦੁਨੀਆ ਦੇ ਵਿੱਚ, ਯਾਰ ਤੂੰ ਸਾਈਕਲ ਤੇ ਕਿਉਂ ਰਹਿਣਾ। ਪਰ ਉਹਨਾਂ ਨੇ ਕਦੇ ਇਹ ਨਹੀਂ ਸੀ ਸੋਚਿਆ, ਉਹ ਕਹਿੰਦਾ ਸੀ ਮੈਨੂੰ ਮਾਲਕ ਦੀ ਦੇਣਾ, ਪਰਮਾਤਮਾ ਦੀ ਦੇਣਾ। ਦੇਖੋ ਜੋ ਉਹਨਾਂ ਨੇ ਆਪਦੀ ਲਾਈਫ ਦੇ ਵਿੱਚ ਜੋੜਿਆ ਸੀ, ਉਹਨਾਂ ਕ ਉਹਨਾਂ ਦੇ ਮਰਨ ਤੋਂ ਬਾਅਦ ਸਾਡਾ ਗੁਜ਼ਾਰਾ ਹੋ ਗਿਆ ਜੀ। ਦੋਸਤੋ, ਇਹ ਉਹਨਾਂ ਵੇਲਿਆਂ ਦੀ ਗੱਲ ਹੈ ਜਦੋਂ ਲੋਕ ਸਾਈਕਲਾਂ ਤੇ ਜਾਂ ਪੈਦਲ ਚੱਲ ਕੇ ਆਪਣੇ ਆਪਣੇ ਮਹਿਬੂਬ ਕਲਾਕਾਰਾਂ ਨੂੰ ਸੁਣਨ ਜਾਇਆ ਕਰਦੇ ਸੀ, ਪਿੰਡਾਂ ਦੇ ਅੰਦਰ ਖਾੜੇ ਲੱਗਦੇ ਸੀ। ਤੇ ਮੈਂ ਇੱਕ ਵਾਰ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਚਾਹਾਂਗਾ ਵੀ ਮੈਂ ਸ਼ਾਇਦ ਆਪਣੀ ਜ਼ਿੰਦਗੀ ਦੇ ਵਿੱਚ ਸੱਤਾ ਸਾਹਿਬ ਨੂੰ ਇੱਕ ਵਾਰ ਮਿਲਿਆ, ਤੇ ਇਹ ਅੱਜ ਬਰਿਆਂ ਬਾਅਦ ਜਿਹੜੀ ਗੱਲ ਹੈ ਹਰਮਨ ਨੇ ਮੇਰੇ ਚੇਤੇ ਕਰਵਾਈ ਹੈ। ਤੇ ਮੈਂ ਉਸ ਸਮੇਂ ਵੀ ਮਹਿਸੂਸ ਕੀਤਾ ਸੀ ਵੀ ਇੰਨੀ ਸਾਦਗੀ ਤੇ ਇੰਨਾ ਸਾਦਾਪਣ, ਠੀਕ ਹੈ ਉਸ ਸਮੇਂ ਭਾਵੇਂ ਹੋਰ ਫਨਕਾਰ ਬਹੁਤ ਵੱਡੇ ਸੀ, ਵੱਡੀਆਂ ਗੱਡੀਆਂ ਸੀ, ਵੱਡੇ ਪੈਸੇ ਦੀ ਜਿਹੜੀ ਗੱਲ ਹੈ ਉਹ ਚੱਲਦੀ ਸੀ, ਪਰ ਸੱਤਾ ਸਾਹਿਬ ਦੀ ਜਿਹੜੀ ਦਿੱਖ ਸੀ ਉਹ ਅਲੱਗ ਸੀ, ਉਹਨਾਂ ਦੇ ਗੀਤ ਅਲੱਗ ਸੀ। ਤੇ ਹਰਮਨ, ਕੋਈ ਹੋਰ ਤੁਹਾਡਾ ਅਗਲਾ ਗੀਤ? ਇੱਕ ਮੇਰਾ ਖਿਆਲ ਟੀਵੀ ਤੇ ਵੀ ਚੱਲਦਾ ਸੀ ਇੱਕ ਦਿਨ। ਹਾਂਜੀ, ਉਹ ਪੈਸਾ ਪੈਸਾ ਸੌਂਗ ਚੱਲਦਾ, ਪੈਸਾ ਹੀ ਚੱਲਦਾ ਸੀ। ਇੱਕ ਕੁਛ ਸੱਪਾਂ ਵਾਲੀ ਗੱਲ ਤੁਸੀਂ ਕਰਦੇ ਹੋ, ਉਹਦਾ ਪਾਉ ਚੱਲਣਾ। ਉਹ ਸਾਨੂੰ ਪੌੜੀਆਂ ਬਣਾ ਕੇ ਕਈ ਅੰਬਰਾਂ ਤੇ ਚੜੇ, ਔਖੇ ਟਾਈਮ ਨਾ ਵਾਲੀ ਕੋਈ ਵਿਰਲਾ ਹੀ ਖੜੇ। ਸਾਨੂੰ ਪੌੜੀਆਂ ਬਣਾ ਕੇ ਕਈ ਅੰਬਰਾਂ ਤੇ ਚੜੇ, ਔਖੇ ਟਾਈਮ ਨਾਲ ਕੋਈ ਵਿਰਲਾ ਹੀ ਖੜੇ। ਉਹ ਦਿਨ ਚੱਲਦੇ ਭਾਵੇਂ ਮਾੜੇ,
ਉਹਦੇ ਨੇ ਚੱਲਦੇ ਭਾਵੇਂ ਮਾੜੇ ਉਹਦੀ ਅਜਾ ਚ ਲੰਘਦੇ ਜਿੰਨਾ ਨੂੰ ਦੁੱਧ ਪਲਾਉਂਦੇ ਰਹੇ ਸੱਪ ਬਣ ਕੇ ਡੰਗ ਗਏ ਆ ਜਿੰਨਾ ਨੂੰ ਦੁੱਧ ਪਲਾਉਂਦੇ ਰਹੇ ਸੱਪ ਬਣ ਕੇ ਡੰਗ ਗਏ ਆ ਜੋ ਜੜਾਂ ਸਾਡੀਆਂ ਵੱਢ ਗਏ ਪੱਤੇ ਉਹਨਾਂ ਦੇ ਵੀ ਹਰੇ ਨੀ ਜਖਮਾਂ ਤੇ ਮਲਮਾ ਲਾ ਲਈਆਂ ਬੋਲਾਂ ਦੇ ਪੱਟ ਭਰੇ ਨੀ ਜਖਮਾਂ ਤੇ ਮਲਮਾ ਲਾ ਲਈਆਂ ਬੋਲਾਂ ਦੇ ਪੱਟ ਭਰੇ ਨੀ ਜੋ ਪਾਣੀ ਪੀਂਦੇ ਪੁਣ ਪੁਣ ਕੇ ਹੱਥ ਲਹੂ ਚ ਰੰਗਦੇ ਆ ਜਿੰਨਾ ਨੂੰ ਦੁੱਧ ਪਲਾਉਂਦੇ ਰਹੇ ਸੱਪ ਬਣ ਕੇ ਡੰਗ ਗਏ ਆ ਜਿੰਨਾ ਨੂੰ ਦੁੱਧ ਪਲਾਉਂਦੇ ਰਹੇ ਸੱਪ ਬਣ ਕੇ ਡੰਗ ਗਏ ਆ ਜਦੋਂ ਅਕਸਰ ਕਦੇ ਹੁਣ ਤਾਂ ਪ੍ਰੋਗਰਾਮ ਲੱਗਣ ਲੱਗ ਗਏ ਗੱਲ ਚੱਲਦੀ ਹੈ ਕਿਤੇ ਬਾਪੂ ਦੀ ਤਾਂ ਮਾਣ ਮਹਿਸੂਸ ਹੁੰਦਾ ਵੀ ਮੈਂ ਉਸ ਫਨਕਾਰ ਦੀ ਕੁੜੀ ਹਾਂ ਜਿਹਨੂੰ ਪੂਰੀ ਦੁਨੀਆਂ ਦੇ ਪੰਜਾਬੀ ਪਿਆਰ ਕਰਦੇ ਸੀ ਔਰ ਉਹਨਾਂ ਵੇਲਿਆਂ ਦੇ ਵਿੱਚ ਅੱਜ ਵੀ ਕਰਦੇ ਨੇ ਲੋਕ ਉਹਨਾਂ ਦੇ ਗੀਤ ਵੀ ਗਾ ਰਹੇ ਨੇ ਤਾਂ ਮਨ ਦੇ ਵਿੱਚ ਖਿਆਲ ਤਾਂ ਆਉਂਦਾ ਹੋਣਾ ਦੇਖੋ ਜੀ ਆਪਣੇ ਆਪ ਨੂੰ ਬਹੁਤ ਸਮਝਾ ਕੇ ਮਨ ਨੂੰ ਸਮਝਾ ਕੇ ਜਦੋਂ ਕਿਤੇ ਜਾਈਦਾ ਪ੍ਰੋਗਰਾਮ ਕਿਉਂਕਿ ਹਰੇਕ ਬੱਚੇ ਨੂੰ ਹੁੰਦੀ ਹੈ ਮਾਂ ਬਾਪ ਦੀ ਘਾਟ ਸਾਨੂੰ ਹਮੇਸ਼ਾ ਹੀ ਰਹਿਣੀ ਹੈ ਕਿਉਂਕਿ ਸਾਡੇ ਫਾਦਰ ਸਾਹਿਬ ਇੰਨੇ ਵਧੀਆ ਸਿੰਗਰ ਸੀ ਔਰ ਉਹਨਾਂ ਦੀ ਘਾਟ ਹਮੇਸ਼ਾ ਮੈਨੂੰ ਰੱਖਦੀ ਹੈ ਕਿਉਂ ਜਿਹਦੇ ਮੈਂ ਕਿਤੇ ਜਾਂਦੀ ਹਾਂ ਚਲੋ ਹੈ ਉਹਨਾਂ ਦੇ ਬੱਚੇ ਉਹਨਾਂ ਦੀ ਬਦੌਲਤ ਹੀ ਅੱਜ ਮਾਰਕੀਟ ਦੇ ਵਿੱਚ ਆ ਰਹੇ ਹਾਂ ਔਰ ਸਾਨੂੰ ਤਾਂ ਕਿਸੇ ਨੇ ਕੀ ਦੇਖਣਾ ਸੀ ਕਿਉਂਕਿ ਉਹਨਾਂ ਦੀ ਨਾਮ ਨਾਲ ਹੀ ਅਸੀਂ ਆ ਰਹੇ ਹਾਂ ਮਾਰਕੀਟ ਦੇ ਵਿੱਚ ਬਹੁਤ ਫਕਰ ਮਹਿਸੂਸ ਕਰਦੇ ਵੀ ਅਸੀਂ ਬੱਚੇ ਉਹਨਾਂ ਨੇ ਬਹੁਤ ਸਰੋਤੇ ਪਿਆਰ ਕਰ ਰਹੇ ਨੇ ਉਹਨਾਂ ਦੀ ਬਦੌਲਤ ਹੈ ਜੀ ਜੋ ਕੁਛ ਅੱਜ ਕਦੇ ਕੋਈ ਪ੍ਰੋਗਰਾਮ ਤੇ ਕਿਸੇ ਨੇ ਕੋਈ ਗੱਲਬਾਤ ਕੀਤੀ ਹੈ ਸੱਤਾ ਸਾਹਿਬ ਦੀ ਹਾਂਜੀ ਜਦੋਂ ਜ਼ਿਆਦਾਤਰ ਕਿਤੇ ਜਾਈਦਾ ਪਹਿਲਾਂ ਪਾਪਾ ਦੀ ਗੱਲ ਹੁੰਦੀ ਹੈ ਜੀ ਸਟੇਜਾਂ ਤੇ ਮੰਨ ਲਓ ਜਦੋਂ ਅਨਾਉਂਸਮੈਂਟ ਕਰੀਦੀ ਆ ਪਾਪਾ ਦਾ ਜ਼ਿਕਰ ਪਹਿਲਾਂ ਹੁੰਦਾ ਹੁਣ ਤਾਂ ਖਾੜੇ ਲੱਗ ਗਏ ਮਿਲਣ ਹਾਂਜੀ ਹਾਂਜੀ ਉਹ ਮੈਨੂੰ ਪਨੀਤ ਦੱਸ ਰਿਹਾ ਸੀ ਕਹਿੰਦਾ ਹੁਣ ਤਾਂ ਵਧੀਆ ਗੱਡੀ ਰੁੜ ਪਈ ਹਾਂਜੀ ਦੇਖੋ ਜੀ ਸਰੋਤੇ ਚਾਹੁਣ ਤਾਂ ਕੁਛ ਵੀ ਕਰ ਸਕਦੇ ਨੇ ਔਰ ਉਹਨਾਂ ਦੀ ਬਦੌਲਤ ਹੀ ਮਾਰਕੀਟ ਦੇ ਵਿੱਚ ਆ ਰਹੇ ਆ ਜੀ ਪਿਆਰ ਕਰ ਰਹੇ ਨੇ ਹਰਮਨ ਜਦੋਂ ਅਕਸਰ ਪੰਜਾਬੀ ਸੰਗੀਤ ਦੇ ਵਿੱਚ ਗਾਇਕੀ ਦੇ ਖੇਤਰ ਦੇ ਵਿੱਚ ਅਸੀਂ ਵਿਚਰਦੇ ਹਾਂ ਜਿਵੇਂ ਪਿਛਲੇ ਦਿਨੀ ਤੁਸੀਂ ਇੱਕ ਅਪੀਲ ਕੀਤੀ ਸੀ ਕਿ ਮੈਨੂੰ ਪ੍ਰੋਗਰਾਮ ਦਿੱਤੇ ਜਾਣ ਉਹਦੇ ਤਹਿਤ ਤੁਹਾਨੂੰ ਕੋਈ ਬਾਹਰੋਂ ਅੰਦਰੋਂ ਮਦਦ ਵਾਲਾ ਵੀਰ ਜਿਹਨੇ ਤੁਹਾਡੀ ਬਾਂਹ ਫੜਨ ਦੀ ਕੋਸ਼ਿਸ਼ ਕੀਤੀ ਹੋਵੇ ਜਾਂ ਕਈ ਖੇਡ ਕਲੱਬਾਂ ਜਾਂ ਮੈਂ ਇਹ ਵਿੱਚ ਸਿੱਧੀ ਪੰਜਾਬੀ ਦੇ ਵਿੱਚ ਆਕਾਂ ਤੁਹਾਨੂੰ ਕੋਈ ਪੈਸਾ ਆਇਆ ਜਾਂ ਤੁਹਾਨੂੰ ਕੋਈ ਮਦਦ ਆਈ ਹੈ ਦੇਖੋ ਜੀ ਜਦੋਂ ਮੇਰਾ ਮਕਾਨ ਡਿੱਗਿਆ ਹੋਇਆ ਸੀਗਾ ਮੇਰੀ ਇਹਨਾਂ ਰਾਹੀਂ ਵੀਰਾਂ ਨੇ ਬਹੁਤ ਸਪੋਰਟ ਕੀਤੀ ਔਰ ਮੇਰਾ ਮਕਾਨ ਪਵਾਇਆ ਜੀ ਔਰ ਬਹੁਤ ਬਹੁਤ ਧੰਨਵਾਦ ਕਰਦੀ ਹੈ ਜਿਹਨਾਂ ਨੇ ਮੇਰੀ ਸਪੋਰਟ ਕੀਤੀ ਔਰ ਮਦਦ ਕੀਤੀ ਆ ਹੁਣ ਦੇਖੋ ਜੀ ਮੈਨੂੰ ਇਸ ਚੀਜ਼ ਦੀ ਲੋੜ ਨਹੀਂ ਕਿਉਂਕਿ ਮੈਨੂੰ ਪੈਸੇ ਨਾਲ ਕੋਈ ਮਤਲਬ ਨਹੀਂ ਹੈਗਾ ਕਿਉਂਕਿ ਮੈਂ ਇਹ ਨਹੀਂ ਚਾਹੁੰਦੀ ਕਿ ਮੈਨੂੰ ਕੋਈ ਪੈਸਾ ਦੇਵੇ ਪਰ ਮੈਂ ਮੰਗ ਸਰੋਤਿਆਂ ਤੋਂ ਇਹ ਕਰਦੀ ਹੈ ਕਿ ਮੈਨੂੰ ਵਧੀਆ ਵਧੀਆ ਪ੍ਰੋਗਰਾਮ ਦਿਓ ਤੁਸੀਂ ਮੈਨੂੰ ਆਪਣੀਆਂ ਮੈਰਿਜਾਂ ਤੇ ਸੱਭਿਆਚਾਰਕ ਮੇਲਿਆਂ ਤੇ ਜਾਂ ਆਮ ਵੀ ਟੂਰਨਾਮੈਂਟ ਹੁੰਦੇ ਆ ਉੱਥੇ ਬੁਲਾਓ ਔਰ ਜ਼ਿਆਦਾਤਰ ਮੇਰੇ ਗੀਤਾਂ ਦੀਆਂ ਰੀਲਾਂ ਬਣਾਓ ਔਰ ਮੈਨੂੰ ਪਿਆਰ ਦਿੰਦੇ ਰਹੋ ਇਸੇ ਤਰ੍ਹਾਂ ਹੀ ਬਸ ਇਹੀ ਮੰਗ ਹੈ ਸਰੋਤਿਆਂ ਅੱਛਾ ਹਰਮਨ ਮੈਂ ਤੁਹਾਨੂੰ ਸਵਾਲ ਸੀ ਮੇਰਾ ਵੀ ਗਾਇਕੀ ਦਾ ਭਵਿੱਖ ਕੀ ਵੇਖਦੇ ਹੋ ਜਾਂ ਤੁਹਾਡੀ ਗਾਇਕੀ ਦਾ ਆਪਾਂ ਇਹ ਕਹਿ ਲਈਏ ਭਵਿੱਖ ਕੀ ਹੈ ਕਿਉਂਕਿ ਅਸੀਂ ਉਹ ਸਮਾਂ ਵੀ ਵੇਖਿਆ ਜਦੋਂ ਲੱਚਰ ਗਾਇਕਾਂ ਦੀਆਂ ਮਾਰੀਆਂ ਫੋਕਰ ਪੰਥੀਆਂ ਦੀ ਬਦੌਲਤ ਪੰਜਾਬੀਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਠੀਕ ਹੈ ਸੱਤਾ ਸਾਹਿਬ ਦੇ ਗੀਤ ਸੀ ਜਿਹੜੇ ਉਹ ਫੋਕਰਾ ਪੰਥੀ ਦੇ ਮੈਨੂੰ ਲੱਗਦਾ ਵੀ ਨੇੜੇ ਨਹੀਂ ਸੀ ਟੁੱਕਦੇ ਕਿਉਂਕਿ ਅੱਜ ਵੀ ਬਹੁਤ ਅਜਿਹੇ ਕਲਾਕਾਰ ਨੇ ਜਿਹੜੇ ਜਵੜੀਆਂ ਮਾਰ ਕੇ ਮੈਂ ਆਖੂੰਗਾ ਜਾਂ ਫੋਕਰੀਆਂ ਗੱਲਾਂ ਕਰਕੇ ਨੌਜਵਾਨਾਂ ਨੂੰ ਭੜਕਾਉਂਦੇ ਨੇ ਜਾਂ ਸਾਡਾ ਜਿਹੜਾ ਯੂਥ ਹੈ ਉਹਨੂੰ ਖਰਾਬ ਕਰਦੇ ਨੇ ਤੁਸੀਂ ਕਿਵੇਂ ਵੇਖਦੇ ਹੋ ਦੇਖੋ ਜੀ ਮੈਂ ਜ਼ਿਆਦਾਤਰ ਇਹ ਦੇਖਦੀ ਹਾਂ ਕਿ ਜਿਵੇਂ ਸਾਡੇ ਫਾਦਰ ਸਾਹਿਬ ਨੇ ਸਾਫ਼ ਸੁਥਰੀ ਗਾਇਕੀ ਗਾਈ ਹੈ ਮੇਰਾ ਵੀ ਮਤਲਬ ਇਹੀ ਕਹਿਣਾ ਕਿ ਮੈਂ ਉਹਨਾਂ ਵਾਂਗ ਸਾਫ਼ ਸੁਥਰੀ ਗਾਇਕੀ ਗਾਵਾਂ ਔਰ ਜਦ ਮੈਂ ਕਿਤੇ ਜਾਵਾਂ ਸਟੇਜ ਤੇ ਮੈਂ ਗਾਵਾਂ ਕਿ ਲੈਬ ਚੱਲਦਾ ਮੇਰੀ ਕੋਸ਼ਿਸ਼ ਹਮੇਸ਼ਾ ਇਹੀ ਹੁੰਦੀ ਹੈ ਕਿ ਮੈਂ ਸਰੋਤਿਆਂ ਦੇ ਪੱਲੇ ਕੁਛ ਪਾ ਕੇ ਆਵਾਂ
ਕਿਉਂਕਿ ਮੈਂ ਇਹ ਨਹੀਂ ਚਾਹੁੰਦੀ ਹੁੰਦੀ ਕਿ ਜ਼ਿਆਦਾ ਸਾਜ਼ਬਾਜ਼ ਹੋਣ ਵੀ ਚਲੋ ਗਾਉਂਦੇ ਤਾਂ ਹਰੇਕ ਆਪਣੀ ਜਗ੍ਹਾ ਤੇ ਹਰੇਕ ਸਿੰਗਰ ਵਧੀਆ ਹੀ ਗਾਉਂਦਾ ਹੁੰਦਾ ਮੈਂ ਇਹ ਨਹੀਂ ਕਹਿਣਾ ਚਾਹੁੰਦੀ ਕੋਈ ਵਧੀਆ ਨਹੀਂ ਗਾਉਂਦਾ ਸਾਰੇ ਨਹੀਂ ਵਧੀਆ ਗਾਉਂਦੇ ਨੇ ਅਸੀਂ ਤਾਂ ਆਖਾਂਗੇ ਹਾਂਜੀ ਸਾਰੇ ਵਧੀਆ ਗਾਉਂਦੇ ਨੇ ਪਰ ਮੇਰੀ ਕੋਸ਼ਿਸ਼ ਹਮੇਸ਼ਾ ਹੀ ਹੈ ਵੀ ਮੈਂ ਆਪਣੇ ਫਾਦਰ ਸਾਹਿਬ ਨੂੰ ਸਾਫ਼ ਸੁਥਰੀ ਗਾਇਕੀ ਗਾਵਾਂ ਚਲੋ ਜੇ ਕਿਤੇ ਕੋਈ ਊਚ ਨੀਚ ਹੁੰਦੀ ਹੈ ਕੋਈ ਪ੍ਰੋਬਲਮ ਏਦਾਂ ਦੀ ਹੁੰਦੀ ਹੈ ਵੀ ਮੈਂ ਕੋਈ ਹਜੇ ਮੇਰਾ ਸੰਘਰਸ਼ ਹੈ ਜੀ ਗਾਇਕੀ ਲੈਣ ਚ ਪਰ ਮੈਂ ਕੋਸ਼ਿਸ਼ ਕਰੂੰਗੀ ਵੀ ਉਹਨਾਂ ਦੀਆਂ ਉਮੀਦਾਂ ਤੇ ਮੈਂ ਖਰੀ ਉਤਰਾਂ ਉਹਨਾਂ ਵਾਂਗ ਸਾਫ਼ ਸੁਥਰੀ ਗਾਇਕੀ ਗਾਵਾਂ ਔਰ ਜੋ ਮੇਰੀਆਂ ਭੈਣਾਂ ਸਾਡੇ ਪਿਤਾ ਸਮਾਨ ਬਜ਼ੁਰਗ ਮੇਰੇ ਵੀਰ ਬਹਿ ਕੇ ਸੁਣ ਸਕਣ ਸਾਰਿਆਂ ਦੇ ਵਿੱਚ ਮੈਂ ਉਦਾਂ ਦੀ ਗਾਇਕੀ ਗਾਉਣਾ ਪਸੰਦ ਕਰਦੀ ਹਾਂ। ਬਹੁਤ ਵਧੀਆ। ਇੱਕ ਗੀਤ ਸੀ ਮੇਰਾ ਖਿਆਲ ਹੈ ਸੱਤਾ ਸਾਹਿਬ ਹੋਰਾਂ ਦਾ ਚਿੱਠੀ ਲਿਖਾਂ। ਹਾਂਜੀ ਯਾਦ ਹੈ। ਹਾਂਜੀ ਹੁਣ ਤੇ ਉਹਦਾ ਇੱਕ ਅੰਤਰਾ ਪਰਦੇਸ ਗਿਆ ਪਰਦੇਸੀ ਹੋਇਆ ਤੇ ਤੇਰੀਆਂ ਅੱਜ ਬਤਨਾ ਬਲ ਲੋੜਾ ਕਮਲੀ ਕਰਕੇ ਸਿੱਟ ਗਏ ਸਈਆਂ ਤੇ ਬੈਠੀ ਕੱਖ ਗਲੀਆਂ ਦੇ ਰੋਲਾ ਤੇ ਬੈਠੀ ਕੱਖ ਗਲੀਆਂ ਦੇ ਰੋਲਾ ਉਹ ਚਿੱਠੀ ਲਿਖਾਂ ਤੈਨੂੰ ਹੱਥਾਂ ਚਿੱਠੀ ਲਿਖਾਂ ਤੈਨੂੰ ਹੱਥਾਂ ਗੋਰਿਆਂ ਦੇ ਨਾਲ ਵੇ ਹੋਰ ਸਾਰੇ ਸੁੱਖ ਚੰਨਾ ਸਾਡਾ ਮੰਦਾ ਹਾਲ ਵੇ ਉਹ ਚਿੱਠੀ ਲਿਖਾਂ ਹਾਂ ਤੈਨੂੰ ਉਹ ਕੱਲ ਜਾ ਬਨੇਰੇ ਉੱਤੇ ਕਾਗ ਕੁਰ ਲਾ ਗਿਆ ਮਰ ਜਾਣਾ ਚਿੱਤ ਨੂੰ ਚਿੱਤ ਮਣੀ ਹੀ ਜੀ ਲਾ ਗਿਆ ਕੱਲ ਜਾ ਬਨੇਰੇ ਉੱਤੇ ਕਾਗ ਕੁਰ ਲਾ ਗਿਆ ਮਰ ਜਾਣਾ ਚਿੱਤ ਨੂੰ ਚਿੱਤ ਮਣੀ ਹੀ ਜੀ ਲਾ ਗਿਆ ਉੱਠਦੀਆਂ ਚੀਸਾਂ ਚੰਨਾ ਉੱਠਦੀਆਂ ਚੀਸਾਂ ਸਾਰਾ ਦੁੱਖ ਬਾਲ ਬਾਲ ਵੇ ਹੋਰ ਸਾਰੇ ਸੁੱਖ ਚੰਨਾ ਸਾਡਾ ਮੰਦਾ ਹਾਲ ਵੇ ਉਹ ਚਿੱਠੀ ਲਿਖਾਂ ਹਾਂ ਤੈਨੂੰ ਹੱਥਾਂ ਗੋਰਿਆਂ ਦੇ ਨਾਲ ਵੇ ਹੋਰ ਸਾਰੇ ਸੁੱਖ ਚੰਨਾ ਸਾਡਾ ਮੰਦਾ ਹਾਲ ਵੇ ਉਹ ਚਿੱਠੀ ਲਿਖਾਂ ਹਾਂ ਤੈਨੂੰ ਇੱਕ ਹੋਰ ਪੈਰਾ ਜ਼ਿਆਦਾ ਹਾਂਜੀ ਜਦੋਂ ਪੌਣਾ ਠੰਡੀਆਂ ਕਲੇ ਜੇ ਪਛ ਲਾਉਂਦੀਆਂ ਹਾਂ ਉਦੋਂ ਜਹਾਦਾ ਤੇਰੀਆਂ ਵੇ ਮੁੜ ਮੁੜ ਹੋ ਆਉਂਦੀਆਂ ਜਦੋਂ ਪੌਣਾ ਠੰਡੀਆਂ ਕਲੇ ਜੇ ਪਛ ਲਾਉਂਦੀਆਂ ਹਾਂ ਉਦੋਂ ਜਹਾਦਾ ਤੇਰੀਆਂ ਵੇ ਮੁੜ ਮੁੜ ਹੋ ਆਉਂਦੀਆਂ ਸਾਰੀ ਰਾਤ ਸੇਕਾਂ ਅੱਗ ਸਾਰੀ ਰਾਤ ਸੇਕਾਂ ਅੱਗ ਹੱਡਾਂ ਵਿੱਚ ਜਾਲ ਵੇ ਹੋਰ ਸਾਰੇ ਸੁੱਖ ਚੰਨਾ ਸਾਡਾ ਮੰਦਾ ਹਾਲ ਵੇ ਉਹ ਚਿੱਠੀ ਲਿਖਾਂ ਹਾਂ ਤੈਨੂੰ ਹੱਥਾਂ ਗੋਰਿਆਂ ਦੇ ਨਾਲ ਵੇ ਹੋਰ ਸਾਰੇ ਸੁੱਖ ਚੰਨਾ ਸਾਡਾ ਮੰਦਾ ਹਾਲ ਵੇ ਉਹ ਚਿੱਠੀ ਲਿਖਾਂ ਹਾਂ ਤੈਨੂੰ ਬਹੁਤ ਵਧੀਆ ਹਰਮਨ ਆਵਾਜ਼ ਵੀ ਲਾਜਵਾਬ ਹੈ ਦੇਖੋ ਪਹਿਲਾਂ ਬਾਪੂ ਘਰ ਗਾਉਂਦੇ ਸੀ ਲੰਬਾ ਸਮਾਂ ਉਹਨਾਂ ਨੇ ਪੰਜਾਬੀ ਸੱਭਿਆਚਾਰ ਦੀ ਸੇਵਾ ਕੀਤੀ ਹੈ ਇਕਦਮ ਐਂ ਨਹੀਂ ਲੱਗਿਆ ਵੀ ਇੱਕ ਕੰਮ ਕਰਦੇ ਪਰਿਵਾਰ ਦੇ ਵਿੱਚੋਂ ਕਿਉਂਕਿ ਅੱਜ ਕੱਲ੍ਹ ਆਪਣੇ ਸਾਰਿਆਂ ਦੀ ਗੁਜ਼ਾਰੇ ਬੜੀ ਮੁਸ਼ਕਲ ਦੇ ਨਾਲ ਹੁੰਦੇ ਨੇ ਵੀ ਜਿਹੜੀ ਗਾਇਕੀ ਦੀ ਲਾਈਨ ਹੈ ਔਖੀ ਬਹੁਤ ਹੈ ਹਨਾ ਕੋਈ ਸ਼ੱਕ ਨਹੀਂ ਭਾਵੇਂ ਕਿ ਤੁਹਾਨੂੰ ਪਲੇਟਫਾਰਮ ਨਹੀਂ ਸੀ ਮਿਲਿਆ ਪਰ ਜਿਹੜੀ ਗੁੜਤੀ ਸੀ ਉਹ ਤਾਂ ਵਿਰਾਸਤ ਦੇ ਵਿੱਚ ਮਿਲੀ ਹੋਈ ਸੀ ਗਾਇਕੀ ਦੀ ਕਿਉਂਕਿ ਘਰੇ ਕਲਾ ਸੀ ਔਖਾ ਤਾਂ ਮਹਿਸੂਸ ਹੋਇਆ ਹੋਣਾ ਜਦੋਂ ਇਕਦਮ ਪਾਸਾ ਪਲਟ ਕੇ ਦੂਜੇ ਪਾਸੇ ਆ ਗਏ ਦੇਖੋ ਜੀ ਬਹੁਤ ਮਾੜਾ ਸਮਾਂ ਕੱਢਿਆ ਉਸ ਸਮੇਂ ਦੇ ਵਿੱਚ ਅਸੀਂ ਫਾਦਰ ਸਾਹਿਬ ਦੇ ਜਾਣ ਤੋਂ ਬਾਅਦ ਅਸੀਂ ਬਹੁਤ ਹਾਲਾਤ ਮਾੜੇ ਦੇਖੇ ਨੇ ਔਰ ਮੈਂ ਚਾਹੁੰਦੀ ਹੁੰਦੀ ਸੀ ਕਿ ਮੈਂ ਗਾਵਾਂ ਮੇਰੇ ਹਮੇਸ਼ਾ ਮਨ ਦੇ ਵਿੱਚ ਇਹੀ ਗੱਲ ਹੁੰਦੀ ਸੀ ਮੈਂ ਗਾਵਾਂ
ਪਰ ਜਦੋਂ ਕੋਈ ਮੰਨ ਲਓ ਵੀ ਹੈ ਨਹੀਂ ਸੀ ਇੱਦਾਂ ਦਾ ਸਾਧਨ ਕੋਈ, ਫਿਰ ਗਾਇਕੀ ਨੂੰ ਆਪਣੇ ਅੰਦਰ ਹੀ ਮੈਂ ਇਸੇ ਤਰ੍ਹਾਂ ਹੀ ਬਸ ਦੱਬ ਲਿਆ। ਔਰ ਜਦੋਂ ਦੀਆਂ ਮੇਰੀਆਂ ਇੰਟਰਵਿਊਆਂ, ਕਾਫੀ ਸਾਰੀਆਂ ਇੰਟਰਵਿਊ ਮੈਂ ਕੀਤੀਆਂ, ਹੁਣ ਫੁੱਟ ਕੇ ਨਿਕਲਣ ਲੱਗੀ ਹੈ। ਹਾਂਜੀ ਹਾਂਜੀ ਸੱਤਾ ਸਾਹਿਬ ਵਾਲੀ ਕਲਾ। ਹਾਂਜੀ। ਅੱਛਾ, ਕੋਈ ਗੀਤ ਜਾਂ ਕੋਈ ਸ਼ੇਅਰ ਆਪਣਾ? ਹਾਂਜੀ, ਸੱਚ ਹੈ ਜੀ, ਕਿਸੇ ਨੇ ਸੱਚ ਕਿਹਾ ਸੀ, ਕਹਿੰਦੇ ਹੋਵੇ ਪੈਸਾ ਤੇ ਲੱਗਦੀ ਰੋਜ਼ ਮਹਿਫਲ। ਸੱਚ ਵੀਰੇ ਨੇ ਕਿਹਾ ਕਿ ਪੈਸਾ ਪੈਸਾ ਦੁਨੀਆਂ ਕਰਦੀ, ਗੱਲ ਸੱਚ ਹੈ ਜੀ। ਹੋਵੇ ਪੈਸਾ ਤੇ ਲੱਗਦੀ ਰੋਜ਼ ਮਹਿਫਲ, ਮੱਖਣ ਮਿਸ਼ਰੀਆਂ ਵਾਂਗਰਾਂ ਚੱਟ ਜਾਂਦੇ। ਨਾ ਹੋਵੇ ਪੈਸਾ ਤੇ ਲੱਗਦੀ ਰੋਜ਼ ਮਹਿਫਲ, ਮੱਖਣ ਮਿਸ਼ਰੀਆਂ ਵਾਂਗਰਾਂ ਚੱਟ ਜਾਵੇ। ਨਾ ਹੋਵੇ ਪੈਸਾ, ਨਾ ਬਣਦਾ ਯਾਰ ਕੋਈ, ਆਪਣੇ ਜੰਮੇ ਵੀ ਪਾਸਾ ਵੱਟ ਜਾਂਦੇ। ਕੀ ਬਾਤ ਹੈ। ਅੱਛਾ, ਗਾਇਕੀ ਵਾਲੀ ਗੱਲ ਤੋਂ ਆਪਾਂ ਜੇ ਥੋੜਾ ਜਿਹਾ ਮੋੜਾ ਹਟ ਕੇ ਕਰੀਏ, ਘਰ ਪਰਿਵਾਰ ਕਿਵੇਂ ਚੱਲਦਾ? ਠੀਕ ਠਾਕ ਹੈ? ਹਾਂਜੀ, ਘਰ ਪਰਿਵਾਰ ਠੀਕ ਹੈ ਜੀ। ਹੁਣ ਵੀਰੇ ਨੇ ਬਾਂਹ ਫੜੀ ਆ, ਭਰਾਵਾਂ ਵਾਲਾ ਪਿਆਰ ਵੀ ਦੇ ਰਹੇ ਨੇ, ਔਰ ਸਾਡੀ ਸਾਰੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਹੈ ਜੀ। ਔਰ ਜਿੰਨੇ ਵੀ ਮੇਰੇ ਨਾਲ ਇਸ ਲਾਈਨ ਦੇ ਵਿੱਚ ਜੁੜੇ ਹੋਏ ਨੇ, ਦੇਖੋ ਪਹਿਲਾ ਨਾਮ ਮੇਰੇ ਵੀਰੇ ਦਾ ਹੀ ਆਉਂਦਾ, ਕਿਉਂਕਿ ਉਹਨਾਂ ਨੇ ਮਾਰਕੀਟ ਦੇ ਵਿੱਚ ਫਿਰ ਤੋਂ ਮੈਨੂੰ ਜਾਗਰੂਕ ਕੀਤਾ, ਸਰੋਤਿਆਂ ਦੇ ਰੂਬਰੂ ਕੀਤਾ, ਔਰ ਮੇਰੇ ਸਾਡੇ ਫਾਦਰ ਸਾਹਿਬ ਦੀ ਗਾਇਕੀ ਨੂੰ ਉਹਨਾਂ ਨੇ ਅੱਗੇ ਲੈ ਕੇ ਆਉਂਦਾ। ਸਾਡੇ ਤਾਂ ਮਨ ਦੇ ਵਿੱਚ ਸੀ ਵੀ ਮੈਂ ਨਹੀਂ ਗਾ ਸਕਦੀ, ਕਿਉਂਕਿ ਹਾਲਾਤ ਘਰ ਦੇ ਵਿੱਚ ਗਰੀਬੀ ਦੇ ਵਿੱਚ ਸੀਗੇ ਵੀ ਨਹੀਂ ਗਾਉਂਦੇ। ਜਦੋਂ ਉਹਨਾਂ ਨੇ ਮੇਰੀਆਂ ਇੰਟਰਵਿਊਆਂ ਦੇਖੀਆਂ, ਮੈਨੂੰ ਗਾਇਕੀ ਲਾਈਨ 'ਚ ਲੈ ਕੇ ਆਉਂਦਾ, ਔਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਦੀਪ ਬੇਨੜਾ ਕੈਨੇਡਾ ਤੋਂ, ਔਰ ਹੈਪੀ ਜੀ, ਪਨੀਤ ਜੀ ਮੇਰੇ ਭਰਾ ਨੇ ਸਾਰੇ, ਔਰ ਹਸਨ ਜੀ, ਹਸਨ ਮਾਨਕ ਜੀ ਜਿਨ੍ਹਾਂ ਦਾ ਮਾਂ ਸੌਂਗ ਆਇਆ, ਔਰ ਬਲਸਟਰ ਜੋੜੀ ਜਿਨ੍ਹਾਂ ਨੇ ਮੇਰੇ ਮਾਂ ਸੌਂਗ ਦੇ ਵਿੱਚ ਕੰਮ ਕੀਤਾ ਜੀ, ਔਰ ਸਾਡੀ ਸਾਰੀ ਟੀਮ ਵੱਲੋਂ ਸਾਰੇ ਰੱਬ ਵਰਗੇ ਸਰੋਤਿਆਂ ਨੂੰ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੇਰੇ ਗੀਤਾਂ ਨੂੰ ਪਿਆਰ ਦਿੱਤਾ। ਦੋਸਤੋ, ਇੱਕ ਗੱਲ ਮੈਂ ਤੁਹਾਡੇ ਨਾਲ ਇੱਥੇ ਸਾਂਝੀ ਕਰਨੀ ਚਾਹਾਂਗਾ ਵੀ ਮੇਰਾ ਲਗਭਗ, ਮੈਂ ਪਹਿਲਾਂ ਵੀ ਦੱਸਿਆ ਵੀ 2 ਤੋਂ 2.5 ਦਹਾਕੇ ਪੰਜਾਬੀ ਸੰਗੀਤ ਦੇ ਵਿਹੜੇ ਨਾਲ ਵਿਚਰਦਿਆਂ, ਜਾਂ ਇਹ ਕਹਿ ਲਈਏ ਵੀ ਲੱਚਰ ਕਲਾ ਦੇ ਕਲਾਕਾਰਾਂ ਦੇ ਨਾਲ ਖਹਿੰਦਿਆਂ ਲੰਘ ਗਏ, ਪਰ ਇਹੋ ਜਿਹੇ ਬਹੁਤ ਘੱਟ ਇਨਸਾਨ ਮੈਂ ਵੇਖੇ ਨੇ ਜਿਹੜੇ ਕਿਸੇ ਦੀ ਬਾਂਹ ਫੜ ਕੇ ਜੇ ਆਪ ਕਿਨਾਰੇ 'ਤੇ ਲੱਗੇ ਹੋਏ ਨੇ ਤਾਂ ਉਹਨੂੰ ਕਿਨਾਰੇ 'ਤੇ ਪਾਰ ਲੰਘਾਉਣ ਦੀ ਜੇ ਆਪਾਂ ਕਹਿ ਲਈਏ ਕੋਸ਼ਿਸ਼ ਕਰ ਦਿੰਦੇ ਨੇ, ਬਹੁਤ ਘੱਟ ਇਨਸਾਨ ਹੁੰਦੇ ਨੇ ਇਹਨਾਂ ਨੌਜਵਾਨਾਂ ਦਾ। ਅਸੀਂ ਸਾਨੂੰ ਮੈਂ ਸਿਜਦਾ ਕਰਦਾ ਵੀ ਇਹਨਾਂ ਨੇ ਇੱਕ ਲੜਕੀ ਨੂੰ, ਸੱਤਾ ਸਾਹਿਬ ਦੀ ਧੀ ਨੂੰ ਇਸ ਪਲੇਟਫਾਰਮ ਹੈ ਜਿਹੜਾ ਉਹ ਦਿੱਤਾ ਹੈ। ਬਹੁਤ ਘੱਟ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਸਾਰਿਆਂ ਨੇ ਦੇਖੇ ਹੋਵੋਗੇ ਜਿਹੜੇ ਅਜਿਹੇ ਕਾਰਜ ਜਿਹੜੇ ਲੋਕ ਕਰਦੇ ਨੇ। ਕੋਈ ਹਰਮਨ ਹੋਰ ਤੁਹਾਡੀ ਪਸੰਦ? ਹਾਂਜੀ, ਦੇਖੋ ਵੀ ਜਿਹਨਾਂ ਨੇ ਮਾਰਕੀਟ ਦੇ ਵਿੱਚ ਮੈਨੂੰ ਪਹਿਲਾਂ ਲੈ ਕੇ ਆਉਂਦਾ, ਔਰ ਧੰਨਰ ਟੋਲ ਜੀ ਜਿਹਨਾਂ ਦਾ ਸੌਂਗ ਆਇਆ ਸੀ ਵਿਰਸਾ, ਕਿਉਂਕਿ ਚਲੋ ਦੇਖੋ ਜੀ ਸੌਂਗ ਤਾਂ ਬਹੁਤ ਵਧੀਆ ਸੀ, ਪਰ ਸਰੋਤਿਆਂ ਨੂੰ ਕਿਹੜੀ ਚੀਜ਼ ਪਸੰਦ ਕਿਹੜੇ ਵੇਲੇ ਆ ਜਾਵੇ। ਗੀਤ ਹੋਰ? ਹਾਂਜੀ, ਪਿੱਪਲੀ ਪੀਂਗਾ ਕਿੱਥੇ ਹੁਣ ਪਾਉਂਦੀਆਂ ਕੁੜੀਆਂ ਨੇ, ਵਿੱਚ ਤਰਿੰਜਣਾ ਲੋਕੋ ਇਹ ਕਿੱਥੇ ਜੁੜੀਆਂ ਨੇ, ਪਿੱਪਲੀ ਪੀਂਗਾ ਕਿੱਥੇ ਹੁਣ ਪਾਉਂਦੀਆਂ ਕੁੜੀਆਂ ਨੇ, ਵਿੱਚ ਤਰਿੰਜਣਾ ਲੋਕੋ ਇਹ ਕਿੱਥੇ ਜੁੜੀਆਂ ਨੇ, ਨਾ ਰਹੀਆਂ ਉਹ ਤੀਆਂ ਨਾ ਤੇ ਹਰ ਵੇ ਲੋਕੋ, ਹੁਣ ਬਦਲ ਗਿਆ ਏ ਸਾਡਾ ਸੱਭਿਆਚਾਰ ਬੇ ਲੋਕੋ, ਹੁਣ ਆਪਾਂ ਫੁੱਲਦੇ ਜਾਂਦੇ ਸੱਭਿਆਚਾਰ ਬੇ ਲੋਕੋ, ਫੈਸ਼ਨ ਨੇ ਮਤ ਮਾਰੀ ਆਇਆ ਜੁਗ ਮਸ਼ੀਨਾਂ ਦਾ, ਕੁੜਤੇ ਚਾਦਰੇ ਦੀ ਥਾਂ ਹੋਇਆ ਜੋਰੀਏ ਜੀਨਾਂ ਦਾ, ਫੈਸ਼ਨ ਨੇ ਮਤ ਮਾਰੀ ਆਇਆ ਜੁਗ ਮਸ਼ੀਨਾਂ ਦਾ, ਕੁੜਤੇ ਚਾਦਰੇ ਦੀ ਥਾਂ ਹੋਇਆ ਜੋਰੀਏ ਜੀਨਾਂ ਦਾ, ਹੋਰ ਹੀ ਹੋ ਗਏ ਸਾਡੇ ਹਰ ਸ਼ਿੰਗਾਰ ਵੇ ਲੋਕੋ, ਹੁਣ ਬਦਲ ਗਿਆ ਏ ਸਾਡਾ ਸੱਭਿਆਚਾਰ ਵੇ ਲੋਕੋ, ਹੁਣ ਆਪਾਂ ਫੁੱਲਦੇ ਜਾਂਦੇ
ਸੱਭਿਆਚਾਰ ਵੇ ਲੋਕੋ। ਦੋਸਤੋ ਜਾਂਦੇ ਜਾਂਦੇ ਮੈਂ ਇੱਕ ਹੋਰ ਤੁਹਾਨੂੰ ਜਿਹੜੀ ਬੇਨਤੀ ਹੈ, ਅਪੀਲ ਹੈ, ਉਹ ਕਰਨੀ ਚਾਹਾਂਗਾ ਵੀ ਅਸੀਂ ਉਹਨਾਂ ਫੁਕਰਾ ਪੰਥੀ ਉਹਨਾਂ ਲੱਚਰ ਗਾਇਕਾਂ ਨੂੰ ਲੱਖਾਂ ਰੁਪਈਆ ਲੁਟਾ ਦਿੰਦੇ ਹਾਂ। ਲੋੜ ਹੈ ਅਜਿਹੇ ਫਨਕਾਰਾਂ ਦੀ, ਅਜਿਹੀਆਂ ਧੀਆਂ ਦੀ ਜਿਹੜੀਆਂ ਸੱਭਿਆਚਾਰ ਦੀ ਰਾਖੀ ਕਰਨ ਦਾ ਜਿਹੜਾ ਦਮ ਹੈ ਉਹ ਭਰਦੀਆਂ ਨੇ ਇਹਨਾਂ ਦੀ ਬਾਂਹ ਫੜਨ ਦੀ। ਆਓ ਲੱਖਾਂ ਰੁਪਈਆ ਉਹਨਾਂ ਨੂੰ ਲੁਟਾਉਣ ਦੀ ਬਜਾਏ, ਠੀਕ ਹੈ ਇਹ ਭਾਵੇਂ ਨਿੱਜੀ ਮਸਲੇ ਨੇ ਉਹਨਾਂ ਦੇ, ਅਸੀਂ ਉਸ 'ਤੇ ਕਿੰਤੂ ਨਹੀਂ ਕਰ ਸਕਦੇ, ਪਰ ਇਹ ਵੀ ਸਾਡਾ ਫਰਜ਼ ਬਣਦਾ ਵੀ ਇਹਨਾਂ ਧੀਆਂ ਨੂੰ ਅਸੀਂ ਬਾਂਹ ਫੜ ਕੇ ਇੱਕ ਖੇਤਰ ਦੇ ਤੱਕ, ਇੱਕ ਮਰਤਬੇ ਤੱਕ ਉਪੜਦਾ ਕਰੀਏ। ਹਰਮਨ ਕੋਈ ਹੋਰ ਗੱਲਬਾਤ ਜਿਹੜੀ ਕੈਮਰੇ ਦੇ ਜ਼ਰੀਏ ਸਾਂਝੀ ਕਰਨੀ ਹੋਵੇ? ਹਾਂਜੀ ਦੇਖੋ ਵੀ ਇਸੇ ਤਰ੍ਹਾਂ ਹੀ ਉਮੀਦ ਕਰਦੀ ਹਾਂ ਸਾਰਿਆਂ ਤੋਂ ਵੀ ਇਸੇ ਤਰ੍ਹਾਂ ਹੀ ਪਿਆਰ ਦਿੰਦੇ ਰਹੋ, ਔਰ ਮੈਂ ਆਪਣੇ ਫਾਦਰ ਸਾਹਿਬ ਵਾਂਗੂ ਸਾਫ਼ ਸੁਥਰੀ ਗਾਇਕੀ ਗਾਉਣ ਦਾ ਯਤਨ ਕਰੂੰਗੀ ਔਰ ਤੁਹਾਡੀਆਂ ਉਮੀਦਾਂ 'ਤੇ ਖਰੀ ਉਤਰੂੰਗੀ। ਔਰ ਜਿਵੇਂ ਤੁਸੀਂ ਮੇਰੇ ਫਾਦਰ ਸਾਹਿਬ ਨੂੰ ਪਿਆਰ ਕੀਤਾ ਉਸੇ ਤਰ੍ਹਾਂ ਮੈਨੂੰ ਪਿਆਰ ਦਿੰਦੇ ਰਹੋ ਜੀ, ਔਰ ਮੇਰੇ ਗੀਤਾਂ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ, ਧੰਨਵਾਦ ਤੁਹਾਡਾ ਸਾਰਿਆਂ ਦਾ ਜੀ। ਔਰ ਮਾਂ ਸੌਂਗ ਨੂੰ ਵੀ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ, ਉਹਦੀਆਂ ਚੰਦ ਲੈਣਾ ਤੁਹਾਨੂੰ ਸੁਣਾਉਣ ਜਾ ਰਹੀ ਹੈ। ਜ਼ਰੂਰ ਸੁਣਾਓ। ਤੂੰ ਦੁਨੀਆ ਤੋਂ ਕਹਾਂ ਦਾ ਤੁਰ ਗਈ, ਤੂੰ ਦੁਨੀਆ ਤੋਂ ਕਹਾਂ ਦਾ ਤੁਰ ਗਈ, ਫਿਰ ਤੋਂ ਉੱਠ ਗਈ ਸ਼ਾਂ, ਇੱਕ ਵਾਰ ਹੀ ਤੇ ਦੱਸ ਜਾ ਕਿਉਂ ਤੂੰ ਛੱਡ ਕੇ ਤੁਰ ਗਈ ਮਾਨੀ, ਇੱਕ ਵਾਰ ਹੀ ਤੇ ਦੱਸ ਜਾ ਹੁਣ ਤੂੰ ਕਿੱਥੇ ਤੁਰ ਗਈ ਮਾਂ। ਜਦ ਮੈਂ ਤੇਰੇ ਵੇੜੇ ਆਉਣਾ ਤੂੰ ਨਾ ਮੈਨੂੰ ਗਲ ਨਾਲ ਲਾਉਣਾ, ਜਦ ਮੈਂ ਤੇਰੇ ਵੇੜੇ ਆਉਣਾ ਤੂੰ ਨਾ ਮੈਨੂੰ ਗਲ ਨਾਲ ਲਾਉਣਾ, ਨਾਲ ਤੇਰੇ ਜੋ ਰੌਣਕ ਸੀ ਅੱਜ, ਨਾਲ ਤੇਰੇ ਜੋ ਰੌਣਕ ਸੀ ਅੱਜ, ਹੋ ਗਈ ਸੁਨ ਸਰਾਂ, ਇੱਕ ਵਾਰ ਹੀ ਤੇ ਦੱਸ ਜਾ ਕਿਉਂ ਤੂੰ ਛੱਡ ਕੇ ਤੁਰ ਗਈ ਮਾਨੀ, ਇੱਕ ਵਾਰ ਹੀ ਤੇ ਦੱਸ ਜਾ ਹੁਣ ਤੂੰ ਕਿੱਥੇ ਤੁਰ ਗਈ ਮਾਂ। ਵਾਹ ਕਮਾਲ ਭੈਣੇ, ਕੋਈ ਹੋਰ ਮਨ ਦੀ ਇਸੇ ਗੀਤ ਗਾਉਣ ਦੀ ਸ਼ੇਅਰ? ਹਾਂਜੀ ਮੈਂ, ਮੇਰਾ ਇੱਕ ਗੀਤ ਸੀਗਾ ਚੱਲ ਰਿਹਾ ਮਾਰਕੀਟ ਦੇ ਵਿੱਚ, ਉਹ ਵੀ ਬਹੁਤ ਵਧੀਆ ਪਿਆਰ ਮਿਲਿਆ ਜੀ। ਰੁੱਤ ਪਿਆਰ ਦੀ ਚੰਨਾ ਮੇਰੇ ਨਾਲ ਤੂੰ ਸੋਹਣਿਆ ਸੱਜਣਾ, ਰੁੱਤ ਪਿਆਰ ਦੀ ਚੰਨਾ ਮੇਰੇ ਨਾਲ ਤੂੰ, ਹੀਰ ਵਰਗੀ ਦਾ ਰੱਖਦਾ ਖਿਆਲ ਤੂੰ, ਮੈਂ ਸੀ ਤੇਰੇ ਨਾਲ ਪੜਦੀ ਵੇ, ਹੋ ਚਿਰਾਂ ਬਾਅਦ ਤੂੰ ਹੁਲਾਰਾ ਦਿੱਤਾ ਪੀਂਗ ਨੂੰ, ਸੋਹਣਿਆ ਸੱਜਣਾ ਮੈਂ ਅੰਬਰਾਂ ਨਾ ਮੈਂ ਬੱਦਲਾਂ ਨਾ ਮੈਂ ਅੰਬਰਾਂ ਨਾ ਗੱਲਾਂ ਕਰਦੀ ਹੀ ਵੇ, ਰੁੱਤ ਪਿਆਰ ਦੀ ਚੰਨਾ ਮੇਰੇ ਨਾਲ ਤੂੰ, ਅੱਜ ਬੱਦਲ ਦੁਬਾਰਾ ਆਇਆ ਚੜ ਕੇ ਵੇ ਕਣੀਆਂ ਨੇ ਘੇਰਾ ਪਾ ਲਿਆ, ਕੁਝ ਪਲਾ ਲਈਆ ਅਸੀਂ ਮਰ ਜਾਣਿਆ ਫੇ ਦਿਲ ਵਿੱਚ ਡੇਰਾ ਲਾ ਲਿਆ ਵੇ, ਅੱਜ ਬੱਦਲ ਦੁਬਾਰਾ ਆਇਆ ਚੜ ਕੇ ਵੇ ਕਣੀਆਂ ਨੇ ਘੇਰਾ ਪਾ ਲਿਆ, ਕੁਝ ਪਲਾ ਲਈਆ ਅਸੀਂ ਮਰ ਜਾਣਿਆ ਫੇ ਦਿਲ ਵਿੱਚ ਡੇਰਾ ਲਾ ਲਿਆ ਵੇ, ਚੰਗੀ ਲਵਲੀ ਕਲੇਰ ਨੂੰ ਮੈਂ ਲੱਗਦੀ ਸੋਹਣਿਆ ਸੱਜਣਾ, ਚੰਗੀ ਲਵਲੀ ਕਲੇਰ ਨੂੰ ਮੈਂ ਲੱਗਦੀ ਉਹਦੇ ਤੇ ਮੇਰੀ ਅੱਖ ਖੜ ਗਈ ਵੇ, ਉਹ ਚਿਰਾਂ ਬਾਅਦ ਤੂੰ ਹੁਲਾਰਾ ਦਿੱਤਾ ਪੀਂਗ ਨੂੰ, ਸੋਹਣਿਆ ਸੱਜਣਾ ਮੈਂ ਅੰਬਰਾਂ ਨਾ ਮੈਂ ਬੱਦਲਾਂ ਨਾ ਮੈਂ ਅੰਬਰਾਂ ਨਾ ਗੱਲਾਂ ਕਰਦੀ ਹੀ ਵੇ, ਰੁੱਤ ਪਿਆਰ ਦੀ ਚੰਨਾ ਮੇਰੇ ਨਾਲ ਤੂੰ। ਮੇਰਾ ਖਿਆਲ ਹੈ ਰੁੱਤ ਪਿਆਰ ਦੀ ਰਿਟਰਨ। ਹਾਂਜੀ ਹਾਂਜੀ। ਹਾਂ ਕੋਈ ਹੋਰ ਗੱਲਬਾਤ? ਬਸ ਬਲਸਟਰ ਜੋੜੀ ਨੇ ਇਸ ਗੀਤ ਵਿੱਚ ਕੰਮ ਕੀਤਾ ਜੀ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ, ਔਰ ਸਾਰੀਆਂ ਰੱਬ ਵਰਗੇ ਸਰੋਤਿਆਂ ਦੀਆਂ ਉਮੀਦਾਂ ਤੇ ਖਰੀ ਉਤਰਨ ਦੀ ਕੋਸ਼ਿਸ਼ ਕਰੂੰਗੀ। ਉਮੀਦ ਕਰਦੀ ਹਾਂ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ, ਔਰ ਵਧੀਆ ਵਧੀਆ ਸੌਂਗ ਤੁਹਾਡੀ ਨਜ਼ਰ ਕਰਦੀ ਰਹਾਂ, ਤੁਸੀਂ ਮੈਨੂੰ ਇਸੇ ਤਰ੍ਹਾਂ ਹੀ ਪਿਆਰ ਦਿੰਦੇ ਹੋ। ਤੁਸੀਂ ਸਾਨੂੰ ਸਮਾਂ ਦਿੱਤਾ, ਬਹੁਤ ਬਹੁਤ ਧੰਨਵਾਦ। ਦੋਸਤੋ ਇਹ ਸੀ ਸਵਰਗੀ 77 ਹੋਰਾਂ ਦੀ ਲੜਕੀ ਹਰਮਨ ਸੱਤਾ, ਜਿਨ੍ਹਾਂ ਨੇ ਆਪਣੀ ਜਿਹੜੀ ਮੈਂ ਆਖੂੰਗਾ ਵੀ ਪਹਿਲੀ ਪੁਲਾਂਗ ਹੈ ਪੰਜਾਬੀ ਸੰਗੀਤ ਦੇ ਵਿਹੜੇ ਅੰਦਰ ਰੱਖੀ ਹੈ। ਸਾਡਾ ਸਾਰਿਆਂ ਦਾ
ਫਰਜ਼ ਬਣਦਾ ਹੈ ਕਿ ਇਹਨਾਂ ਨੂੰ ਵੱਧ ਤੋਂ ਵੱਧ ਮਾਣ ਦੇ ਕੇ ਉਸ ਮਰਤਬੇ ਤੱਕ, ਉਸ ਖੇਤਰ ਤੱਕ, ਉਸ ਉਚਾਈ ਤੱਕ ਪਹੁੰਚਾਈਏ ਜਿੱਥੇ ਇਹ ਇਹਨਾਂ ਵਰਗੇ ਕਲਾਕਾਰਾਂ ਨੂੰ ਜਾਣਾ ਚਾਹੀਦਾ ਹੈ। ਕੁੱਪ ਕਲਾਂ ਤੋਂ ਮਨਜਿੰਦਰ ਸਿੰਘ ਸਰੋਤ ਦੇ ਨਾਲ ਸੰਦੀਪ ਸਿੰਘ ਮੋਮਨਾਵਾਦੀ ਦੀ ਰਿਪੋਰਟ।